ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 650 ਆਮ ਆਦਮੀ ਕਲੀਨਿਕ ਹੈ ਸਾਡੇ ਕੋਲ, 125 ਹੋਰ ਤਿਆਰ ਹੈ, 800 ਦੇ ਨੇੜੇ ਹੋ ਜਾਣਗੇ। ਪੰਜਾਬ ਦੇ ਵਿੱਚ 70 to 75 lakh ਬੰਦੇ ਆ ਕੇ ਹਰ ਰੋਜ਼ ਦਵਾਈ ਲੈ ਜਾਂਦੇ। ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ। ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜੂ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ ਸਕਦੇ। ਪਿਛਲੇ ਸਾਲ ਵੀ 3 ਦਿਨ ਦੀ ਜਿਹੜੀ ਹੈਗੀ ਦਾਖਲਾ ਕੈਂਪੇਨ ਕੀਤੀ ਸੀ, ਉਹਦੇ ਵਿੱਚ ਬਹੁਤ ਵਧੀਆ ਸਾਨੂੰ ਸਾਥ ਪੂਰੇ MLAs ਤੋਂ ਮਿਲਿਆ। ਜਿੱਥੇ ਵੀ ਅਸੀਂ ਗਏ MLAs ਨੇ ਪੂਰਾ ਸਾਥ ਦਿੱਤਾ। ਖਾਸ ਤੌਰ ਦੇ ਉੱਤੇ ਨਾਭੇ ਵਾਲੇ ਨਾਭੇ ਦੇ MLA ਦੇਵਮਾਨ ਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ, ਕਿਉਂਕਿ ਉਹਨਾਂ ਨੇ ਨਾਭੇ ਤੋਂ ਸਟਾਰਟ ਕਰਕੇ 500 ਤੱਕ ਜਿੱਥੇ ਵੀ ਅਸੀਂ ਰੁਕੇ ਪੂਰਾ ਦਿਨ ਸਾਨੂੰ ਦਿੱਤਾ ਸੀਗਾ। ਅਤੇ ਇਹ ਦਾਖਲਾ ਮੁਹਿੰਮ ਜਿਹੜੀ ਹੈਗੀ 9 ਤਰੀਕ ਦੀ ਅਸੀਂ ਸ਼ੁਰੂ ਕੀਤੀ ਹੈ। ਮਾਨਯੋਗ ਸਿੱਖਿਆ ਮੰਤਰੀ ਜੀ ਨੇ ਇਸਦਾ ਉਦਘਾਟਨ ਕੀਤਾ ਸੀ। ਉਸ ਤੋਂ ਬਾਅਦ 3 ਦਿਨ ਦੇ ਲਈ ਰੋਜ਼ ਦੇ ਅਸੀਂ 5 ਆਪਣੇ ਪਟਿਆਲੇ ਦੇ 16 ਬਲੋਕ ਨੇ, ਪਹਿਲੇ ਦਿਨ ਅਸੀਂ ਪਰਸੋਂ ਗਏ ਸੀ 6 ਬਲੋਕਸ, ਅੱਜ 5 ਬਲੋਕ ਕਵਰ ਕੀਤੇ ਨੇ। ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਲੋਕਾਂ ਦਾ, ਅਤੇ ਅਸੀਂ ਉਹਨਾਂ ਦੇ ਨਾਲ ਸਾਰੀਆਂ ਸਿੱਖਿਆ ਦੀਆਂ ਜੋ ਨਵੀਆਂ ਸਾਡੀਆਂ ਚਲਾਈ ਜਾ ਰਹੀਆਂ ਨੇ ਗਤੀਵਿਧੀਆਂ ਹੋ ਰਹੀਆਂ ਨੇ, ਜੋ ਵੀ ਅਚੀਵਮੈਂਟਸ ਨੇ ਉਹ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੈਕਚਰਰਸ ਨੂੰ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜ ਕੇ ਟ੍ਰੇਨਿੰਗ ਕਰਵਾਈ ਗਈ। ਇੱਥੋਂ ਤੱਕ ਕਿ ਨਾਸਾ ਦੇ ਵਿੱਚ ਚੰਦਰਯਾਨ ਜਿਹੜਾ ਲਾਂਚ ਕਰਨ ਦਾ ਕਦੇ ਸੁਪਨਾ ਵੀ ਨਹੀਂ ਸੀ ਆਪਾਂ ਦੇਖ ਸਕਦੇ ਕਿ ਆਪਣੇ ਬੱਚੇ ਉੱਥੇ ਜਾ ਕੇ ਉਸ ਲਾਂਚ ਨੂੰ ਦੇਖਣਗੇ, ਉਹ ਕਾਮਯਾਬ ਬਣਾਇਆ। ਅਤੇ ਜੋ ਇਨਫਰਾਸਟ੍ਰਕਚਰ ਪ੍ਰੋਵਾਈਡ ਹੋ ਰਿਹਾ ਅਤੇ ਸਕੂਲ ਆਫ ਐਮੀਨੈਂਸ, ਸਕੂਲ ਆਫ ਹੈਪੀਨੈਸ ਦੇ ਜ਼ਰੀਏ ਜੋ ਅਸੀਂ ਸਿੱਖਿਆ ਕ੍ਰਾਂਤੀ ਸਾਡੀ ਸਰਕਾਰ ਸਾਡਾ ਸਾਥ ਦੇ ਰਹੀ ਹੈ, ਉਹ ਮੈਨੂੰ ਪੂਰੀ ਉਮੀਦ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਲ ਸਾਲ ਦੋ ਸਾਲ ਦੇ ਵਿੱਚ ਅਸੀਂ ਆਪਣੀ ਸਕੂਲਾਂ ਦੀ ਨੁਹਾਰ ਬਦਲ ਦਾਂਗੇ। ਪਿਛਲੇ ਸਾਲ ਵੀ ਅਸੀਂ ਟੀਚਾ ਪਟਿਆਲਾ ਜ਼ਿਲ੍ਹਾ ਨੇ ਪੂਰਾ ਕੀਤਾ ਸੀਗਾ, ਸਾਨੂੰ ਅਵਾਰਡ ਵੀ ਮਿਲਿਆ ਸੀ, 3 ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ। ਅਤੇ ਇਸ ਵਾਰੀ ਵੀ ਸਾਨੂੰ ਟੀਚਾ ਮਿਲਿਆ 10% ਦਾ ਪ੍ਰਾਇਮਰੀ ਦਾ, ਪ੍ਰੀ ਪ੍ਰਾਇਮਰੀ ਦਾ 5% ਪ੍ਰਾਇਮਰੀ ਅਤੇ ਸੈਕੰਡਰੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ। ਅਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਵੱਧ ਚੜ੍ਹ ਕੇ ਪੂਰੇ ਸਾਡੇ ਮਤਲਬ ਇਹ ਜੋ ਸਿੱਖਿਆ ਵਿਭਾਗ ਸਾਨੂੰ ਹੌਸਲਾ ਅਫਜ਼ਾਈ ਕਰ ਰਿਹਾ, ਉਹਦੇ ਨਾਲ ਸਾਡੇ ਪਟਿਆਲਾ ਜ਼ਿਲ੍ਹਾ ਦੇ ਸਾਰੇ ਅਧਿਆਪਕ, ਪ੍ਰਿੰਸੀਪਲਸ, ਸਾਰੇ ਅਧਿਕਾਰੀ ਅਸੀਂ ਪੂਰੇ ਹੌਸਲੇ 'ਚ ਹਾਂ ਕਿ ਅਸੀਂ ਬਹੁਤ ਜਲਦ ਇਹ ਟੀਚਾ ਜਿਹੜਾ ਹੈਗਾ ਅਪ੍ਰੈਲ ਦੇ ਪਹਿਲੇ ਦਿਨ ਤੋਂ ਹੀ ਮੈਨੂੰ ਲੱਗਦਾ ਅਸੀਂ ਪੂਰਾ ਕਰ ਲਾਂਗੇ। ਫੈਸਿਲਿਟੀਜ਼ ਦੇਖੋ, ਇਨਫਰਾਸਟ੍ਰਕਚਰ ਪੂਰਾ ਚੇਂਜ ਹੋ ਗਿਆ। ਜੋ ਸਾਹਿਬ ਸਰ ਦਾ ਹੁਕਮ ਹੈ EM ਸਰ ਦਾ ਕਿ 1 ਅਪ੍ਰੈਲ ਤੋਂ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਡੈਕਸ ਤੋਂ ਬਿਨਾਂ ਹੋਵੇ, ਕੋਈ ਸਕੂਲ ਬਾਉਂਡਰੀ ਵਾਲ ਤੋਂ ਬਿਨਾਂ ਨਾ ਹੋਵੇ, ਵਾਸ਼ਰੂਮਸ ਹਰ 25 ਲੜਕੀਆਂ ਦੇ ਪਿੱਛੇ ਇੱਕ ਟੋਇਲਟ ਸੀਟ ਹੋਵੇ, 40 ਲੜਕਿਆਂ ਦੇ ਪਿੱਛੇ ਇੱਕ ਟੋਇਲਟ ਸੀਟ ਹੋਵੇ। ਅਤੇ ਇਸੇ ਤਰ੍ਹਾਂ ਹੀ ਰੂਮਸ, ਇਨਫਰਾਸਟ੍ਰਕਚਰ ਸਾਰਾ ਕੁਝ ਬਹੁਤ ਹੀ ਜ਼ਿਆਦਾ, ਮਤਲਬ ਜਿਸ ਸਕੂਲ ਨੂੰ ਵੀ ਜੋ ਲੋੜ ਹੈ ਸਾਡੇ ਤੋਂ ਹੁਣ ਅਗਲੇ 2 ਸਾਲਾਂ ਦੇ ਪਲਾਨ ਦੇ ਵਿੱਚ ਡਿਮਾਂਡ ਕਰ ਦਿੱਤੀ ਗਈ ਹੈ ਕਿ ਇਦੋਂ ਬਾਅਦ ਕੋਈ ਵੀ ਅਜਿਹਾ ਸਕੂਲ ਨਾ ਹੋਵੇ ਜਿੱਥੇ ਕੋਈ ਵੀ ਕਮੀ ਹੋਵੇ। ਪ੍ਰਾਈਵੇਟ ਸਕੂਲਾਂ ਵਿੱਚੋਂ ਵੀ ਹਟ ਕੇ ਆ ਰਹੇ ਹੋਣਗੇ ਬੱਚੇ, ਕਿੰਨੇ ਆ ਰਹੇ? ਪ੍ਰਾਈਵੇਟ ਸਕੂਲਾਂ ਤੋਂ ਬੱਚੇ ਬਹੁਤ ਕਾਫੀ ਆ ਰਹੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਛੋਟੇ ਮੋਟੇ ਸੀ। ਅਸੀਂ ਇਸ ਮੁਹਿੰਮ ਦੇ ਜ਼ਰੀਏ ਵੀ ਲੋਕਾਂ ਨੂੰ ਦੱਸਿਆ ਕਿ ਉੱਥੇ ਸਿਰਫ ਕਰਚਸ ਜਿਹੜੇ ਨੇ ਸਿਰਫ ਤੁਹਾਡੇ ਬੱਚੇ ਨੂੰ ਖਾਣਾ ਖਵਾਉਂਦੇ ਨੇ, ਸਵਾਉਂਦੇ ਨੇ, ਪਰ ਸਾਡੇ ਜਿਹੜੇ ਸਿੱਖਿਆ ਵਿਭਾਗ ਹੈ ਉਸਨੇ ਇੱਕ ਬਹੁਤ ਵਧੀਆ ਤਜ਼ਰਬੇਕਾਰ ਟੀਮ ਹੈ ਜਿਹੜੀ ਕਿ ਇੱਕ ਇੱਕ ਗਤੀਵਿਧੀ, ਇੱਕ ਇੱਕ ਐਕਟੀਵਿਟੀ ਨੂੰ ਪਲਾਨ ਕਰਦੀ ਹੈ। ਅਤੇ ਅਸੀਂ ਖੇਡ ਵਿਧੀ ਰਾਹੀਂ ਉਹ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਕਿ ਉਹ ਬੱਚਿਆਂ ਦੇ ਉੱਤੇ ਮਾਨਸਿਕ ਜਿਹੜਾ ਬੋਝ ਵੀ ਨਾ ਪਵੇ ਅਤੇ ਉਹਨਾਂ ਦੀ ਮਾਨਸਿਕ ਅਤੇ ਫਿਜ਼ੀਕਲ ਗਰੋਥ ਵੀ ਹੋਵੇ। ਅੱਜ ਨਾਭੇ ਦੇ ਵਿੱਚ ਦੇਖਿਆ ਉੱਥੇ ਸਾਰਿਆਂ ਦੇ ਸਾਹਮਣੇ ਕਿ ਸਾਡੇ ਬੱਚੇ ਜਿਹੜੇ 2nd, 3rd ਦੇ ਨੇ, ਉਹ ਜੋ ਉਹਨਾਂ ਨੂੰ ਕਿਹਾ ਗਿਆ ਕਿ 37 ਦਾ ਪਹਾੜਾ ਸੁਣਾਓ ਤਾਂ ਉਹ 37 ਦਾ ਬੱਚਾ 3rd ਵਾਲਾ ਬੱਚਾ ਪਹਾੜਾ ਸੁਣਾ ਕੇ ਆਇਆ। ਇਸੇ ਤਰ੍ਹਾਂ ਯੋਗਾ ਦੇ ਬੱਚੇ ਅਤੇ ਹੋਰ, ਇੱਥੋਂ ਤੱਕ ਨਾ ਸਿਰਫ ਬੱਚਿਆਂ ਬਲਕਿ ਟੀਚਰਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਕਿ ਅਸੀਂ ਇਸ
ਮੁਹਿੰਮ ਨੂੰ ਪੂਰੇ ਕਾਮਯਾਬ ਬਣਾ ਕੇ ਜੋ ਸਿੱਖਿਆ ਕ੍ਰਾਂਤੀ ਹੈ ਅਸਲ ਦੇ ਵਿੱਚ ਲਿਆਈਏ ਤਾਂ ਕਿ ਆਪਣੇ ਭਵਿੱਖ ਨੂੰ ਸਾਂਭ ਸਕੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਰੋਸ਼ਨ ਹੋ ਸਕੇ। ਸਰ, ਦਾਖਲਾ ਮੁਹਿੰਮ ਦੀ ਆਪਣੀ ਸ਼ੁਰੂਆਤ ਹੋ ਚੁੱਕੀ ਹੈਗੀ ਅਤੇ ਸਾਡਾ ਜਿਹੜਾ ਟਾਰਗੇਟ ਹੈਗਾ ਪ੍ਰਾਇਮਰੀ ਦਾ 10% ਹੈ, ਸੈਕੰਡਰੀ ਦਾ 5% ਹੈਗਾ। ਬੜੇ ਜੋਸ਼ ਹੋਰ ਨਾਲ ਸਾਡੇ ਸਾਰੇ ਅਧਿਆਪਕ ਸਾਹਿਬਾਨ ਲੱਗੇ ਹੋਏ ਨੇ, ਵੈਲ ਕੁਆਲੀਫਾਈਡ ਟੀਚਰਸ ਨੇ, ਅਤੇ ਇਸ ਸਾਲ ਅਸੀਂ ਟਾਰਗੇਟ ਪੂਰਾ ਕਰਕੇ ਉਸਨੂੰ ਐਕਸੈਸ ਦੇ ਵਿੱਚ ਜਾਵਾਂਗੇ। ਸਾਡੇ ਜੋ ਸਿੱਖਿਆ ਵਿਭਾਗ ਦੇ ਉਪਰਾਲੇ ਨੇ, ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਜਿਵੇਂ ਸਕੂਲ ਆਫ ਐਮੀਨੈਂਸ ਦਾ ਕੰਸੈਪਟ ਕਾਫੀ ਵੱਡੇ ਪੱਧਰ 'ਤੇ ਜਿਹੜਾ ਸਰਕਾਰ ਪੈਸਾ ਖਰਚ ਰਹੀ ਹੈ, ਖਾਸ ਤੌਰ 'ਤੇ ਜਿਵੇਂ ਕਿਸੇ ਵੀ ਸਕੂਲ ਦੇ ਵਿੱਚ ਕੋਈ ਚਾਰ ਦੀਵਾਰੀ ਤੋਂ ਸਕੂਲ ਨਹੀਂ ਰਹਿਣਾ ਚਾਹੀਦਾ, ਕੋਈ ਫਰਨੀਚਰ ਤੋਂ ਬੱਚਾ ਹੇਠਾਂ ਨਹੀਂ ਬੈਠਣਾ ਚਾਹੀਦਾ, ਅਤੇ ਇਸੇ ਤਰ੍ਹਾਂ ਜਿੱਥੇ ਕਮਰਿਆਂ ਦੀ ਲੋੜ ਆ, ਜਿੱਥੇ ਟੀਚਰਾਂ ਦੀ ਲੋੜ ਆ, ਸਰਕਾਰ ਵੱਡੇ ਪੱਧਰ 'ਤੇ ਇਸ ਵੱਲ ਧਿਆਨ ਦੇ ਰਹੀ ਹੈ ਅਤੇ ਬਹੁਤ ਵੱਡੇ ਬਜਟ ਜਿਹੜੇ ਇਸ ਪੱਖ 'ਚ ਖਰਚੇ ਜਾ ਰਹੇ ਨੇ, ਅਤੇ ਸਾਨੂੰ ਲੱਗਦਾ ਕਿ ਇਹ ਸਾਰਾ ਲੋਕਾਂ ਦੇ ਸਾਹਮਣੇ ਵੀ ਅਸੀਂ ਸਾਰਾ ਆਪਣੇ ਆਪ ਜਿਹੜਾ ਇਹ ਕਰ ਰਹੇ ਹਾਂ, ਦਿਖਾ ਰਹੇ ਹਾਂ, ਅਤੇ ਇਸ ਵਾਰ ਦਾਖਲਾ ਜਿਹੜਾ ਜ਼ਿਆਦਾ ਵਧੇਗਾ, ਕਿ ਉਮੀਦ ਹੈ ਕਿ ਲੋਕ ਇਹ ਸਾਰੀਆਂ ਗੱਲਾਂ ਤੋਂ ਜਾਣੂ ਨੇ। ਅਤੇ ਖਾਸ ਤੌਰ 'ਤੇ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਪਿਛਲੇ 10-15 ਸਾਲਾਂ ਤੋਂ ਕਿ ਪ੍ਰਾਈਵੇਟ ਸਕੂਲਾਂ ਦਾ ਸਾਡੇ ਅੰਦਰ ਇੱਕ ਕਾਫੀ ਟ੍ਰੈਂਡ ਬਣਿਆ, ਖਾਸ ਤੌਰ 'ਤੇ ਮਾਵਾਂ ਦੇ ਅੰਦਰ, ਵੀ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਬੱਚੇ ਸ਼ਾਇਦ ਕੋਈ ਵੱਡੇ ਮਾਰ ਕੇ ਮਾਰਨਗੇ, ਪਰ ਉਹ ਸਾਡੇ ਸਾਹਮਣੇ ਆ ਕਿ ਜਦੋਂ ਵੀ ਕਿਤੇ ਸਰਕਾਰੀ ਜੌਬ ਨਿਕਲਦੀਆਂ ਨੇ ਤਾਂ ਜ਼ਿਆਦਾ ਬੱਚੇ ਕਿਹੜੇ ਸਕੂਲਾਂ 'ਚੋਂ ਜਾਂਦੇ ਨੇ। ਕੋਈ ਆਈਲੈਟਸ ਕਰਕੇ ਬਾਹਰ ਜਾਣਾ ਇਹ ਆਪਣੇ ਆਪ 'ਚ ਕੋਈ ਵੱਡੀ ਸਕਸੈਸ ਨਹੀਂ ਹੁੰਦੀ, ਉਹ ਤਾਂ ਇੱਕ ਲੈਂਗੁਏਜ ਦਾ ਟੈਸਟ ਹੈ, ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਜਾਂਦੇ ਆ, ਪਰ ਹੋਰ ਜ਼ਿੰਦਗੀ ਦੇ ਜਦੋਂ ਆਪਾਂ ਖੇਤਰ 'ਚ ਦੇਖਦੇ ਹਾਂ ਤਾਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਕੋਈ ਵੱਡਾ ਕੋਈ ਹੀਰੋ ਨਹੀਂ ਲੱਗਦਾ ਪੈਦਾ ਹੋਇਆ। ਜਦੋਂ ਅਸੀਂ ਸੀਨ ਦੇਖਦੇ ਹਾਂ, ਆਲੇ ਦੁਆਲੇ ਦੇਖਦੇ ਹਾਂ, ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਸਰਕਾਰੀ ਸਕੂਲ 'ਚੋਂ ਪੜ੍ਹੇ ਹੈ, ਤਾਂ ਉਸਦੇ ਜ਼ਮਾਨੇ 'ਚ ਬਹੁਤ ਪ੍ਰਾਈਵੇਟ ਸਕੂਲਾਂ 'ਚੋਂ ਵੀ ਪੜ੍ਹੇ ਹੋਣਗੇ। ਸਮਾਜਿਕ ਸਰੋਕਾਰਾਂ ਨਾਲ ਜਿਹੜੇ ਜੁੜੇ ਲੋਕ ਨੇ ਉਹ ਸਾਡੇ ਸਰਕਾਰੀ ਸਕੂਲਾਂ 'ਚੋਂ ਪੈਦਾ ਹੋ ਰਹੇ ਨੇ। ਖਾਸ ਤੌਰ 'ਤੇ ਜਦੋਂ ਸਾਡੇ ਬਜ਼ੁਰਗਾਂ ਨੇ ਸਰਕਾਰੀ ਸਕੂਲ ਬਣਾਏ, ਉਦੋਂ ਤੋਂ ਅਸੀਂ ਜਦੋਂ ਸੋਚਦੇ ਹਾਂ ਤਾਂ ਸਾਰੀਆਂ ਬਿਲਡਿੰਗਾਂ ਉਹਨਾਂ ਨੇ ਬਣਾਈਆਂ, ਉਹਨਾਂ ਨੂੰ ਉਮੀਦ ਇਹ ਸੀ ਕਿ ਸਾਡਾ ਭਵਿੱਖ ਇੱਥੇ ਹੋਏਗਾ, ਪਰ ਅਸੀਂ ਉਹ ਸ਼ੀਸ਼ੇ ਵਾਲੇ ਸਕੂਲਾਂ ਦੀ ਰੇਸ 'ਚ ਜਿਹੜੇ ਪਿਛਲੇ 10-15 ਸਾਲਾਂ ਤੋਂ ਪਏ ਹਾਂ, ਤਾਂ ਉਹ ਤੋਂ ਸਾਨੂੰ ਮੁੜਨਾ ਪਏਗਾ, ਉਸ ਪੱਖ ਤੋਂ ਸਾਨੂੰ ਸਰਕਾਰੀ ਸਕੂਲਾਂ ਵੱਲ ਨੂੰ ਆਉਣਾ ਪਏਗਾ। ਸਾਡਾ ਭਵਿੱਖ ਸਰਕਾਰੀ ਸਕੂਲ ਨੇ, ਜੇ ਅਸੀਂ ਜੌਬ ਦਾ ਭਵਿੱਖ ਦੇਖਦੇ ਹਾਂ ਉਹ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਹੋ। ਦੇਖੋ ਜਿਹੜਾ ਉਹਦਾ ਵੱਖਰੇਵਾਂ ਇਹ ਹੈ ਕਿ ਜਿਵੇਂ ਕਿਸੇ ਚੀਜ਼ ਦਾ ਪਰਸੈਪਸ਼ਨ ਬਣਾ ਦਵੋ, ਉਹਨੂੰ ਜਚਾ ਦਵੋ, ਤਾਂ ਜਿਵੇਂ ਇੱਕ ਲੋਕਾਂ 'ਚ ਇਹ ਬਣ ਗਿਆ ਵੀ ਸਰਕਾਰੀ ਜਿਹੜੇ ਹਸਪਤਾਲ ਦੇ ਇਲਾਜ ਨੂੰ ਲੈ ਕੇ ਵੀ ਹੋਇਆ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਆ, ਪਰ ਜਦੋਂ ਅਸੀਂ ਉਹਨਾਂ ਦੀ ਲੁੱਟ ਦੇਖਦੇ ਹਾਂ, ਲੋਕਾਂ ਦੇ ਘਰ ਮਕਾਉਂਦੇ ਨੇ ਪ੍ਰਾਈਵੇਟਾਂ ਦੇ ਜਿਹੜੇ ਹਸਪਤਾਲ ਦੇ ਇਲਾਜ ਨੇ, ਤਾਂ ਪਰ ਫਿਰ ਲਾਸਟ 'ਚੋਂ ਸਰਕਾਰੀ PG 'ਚ ਜਾਂਦੇ ਨੇ ਸਾਰੇ, ਜਦੋਂ ਸਰਕਾਰ ਪ੍ਰਾਈਵੇਟ ਵੀ ਜਵਾਬ ਦੇ ਦਿੰਦੇ ਨੇ। ਅਤੇ ਐਵੇਂ ਜਦੋਂ ਪ੍ਰਾਈਵੇਟ 'ਚ ਪੜ੍ਹਦਾ ਬੱਚਾ ਠੀਕ ਨਹੀਂ ਪੜ੍ਹਦਾ, ਉਹ ਤਾਂ ਲਾਸਟ ਸਰਕਾਰੀ 'ਚ ਲਿਆਉਂਦੇ ਨੇ, ਤੁਸੀਂ ਦੇਖੋ ਜੀ ਵੀ ਉੱਥੇ ਤਾਂ ਠੀਕ ਨਹੀਂ ਚੱਲਿਆ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡਾ ਦਵੰਦ ਆ ਪ੍ਰਸ਼ਨ ਜਿਹੜਾ ਸੋਚਣ 'ਚ, ਇਸ ਲਈ ਉਹ ਦਵੰਦ 'ਚੋਂ ਮਾਪਿਆਂ ਨੂੰ ਨਿਕਲਣਾ ਚਾਹੀਦਾ ਕਿ ਅਸੀਂ ਆਪਦੀਆਂ ਜੇਬਾਂ ਘਟਾ ਕੇ ਅਸੀਂ ਪ੍ਰਾਈਵੇਟ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਾਂ, ਪਰ ਨੌਕਰੀਆਂ ਅਸੀਂ ਸਰਕਾਰੀ ਪਾਲਦੇ ਹਾਂ, ਇਸ ਵੱਲ ਸੋਚਣ ਦੀ ਲੋੜ ਹੈ। ਹਾਂਜੀ, ਮੈਂ ਆਪਣਾ ਬੇਟਾ ਲਗਾਇਆ ਹੈ ਅਤੇ UKG ਕਲਾਸ ਦੇ ਵਿੱਚ ਪੜ੍ਹਦਾ ਹੈ, ਅਤੇ ਉੱਥੇ ਦੇ ਜਿਹੜੇ ਹੈੱਡ ਸਰ ਨੇ ਸਰਦਾਰ ਹਰਜਿੰਦਰ ਸਿੰਘ, ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਹੋਇਆ। ਬੱਚਿਆਂ ਨੂੰ ਫੂਡ ਦੀ, ਸਟੇਸ਼ਨਰੀ ਦੀ, ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ, ਪੜ੍ਹਾਈ ਬਹੁਤ ਜ਼ਿਆਦਾ ਵਧੀਆ ਹੈ। ਅਤੇ ਮੈਂ ਖੁਦ ਜਾ ਕੇ ਪਰਸਨਲੀ ਚੈੱਕ ਕੀਤਾ ਇੱਕ ਦੋ ਵਾਰ ਬਿਨਾਂ ਦੱਸੇ, ਅਤੇ ਹਰ ਟੀਚਰ ਹੈ ਆਪਣਾ ਵਧੀਆ ਆਪਣੀ ਡਿਊਟੀ ਨਿਭਾ ਰਿਹਾ ਹੈ, ਅਤੇ ਬੱਚਿਆਂ ਨੂੰ ਫਰੈਸ਼ ਖਾਣਾ ਅਤੇ ਨਾਲ ਉਹਨਾਂ ਨੂੰ ਹੁਣ ਬੈਗਸ ਵਗੈਰਾ ਦਿੱਤੇ ਗਏ ਨੇ। ਸਾਹ ਸੈਸ਼ਨ ਦੇ ਵਿਚਕਾਰ ਵੀ ਉਹਨਾਂ ਨੂੰ ਬੁੱਕਸ ਵਗੈਰਾ, ਪੈਨਸਿਲ, ਸਾਰਾ ਸਟੇਸ਼ਨਰੀ ਦਾ ਸਮਾਨ ਮਿਲਦਾ ਹੈ। ਇਹ ਤੋਂ ਇਲਾਵਾ ਐਕਸਟਰਾ ਐਕਟੀਵਿਟੀਜ਼ ਵੀ ਹੁੰਦੀਆਂ ਨੇ,
ਟੀਚਰਸ ਦੀਆਂ ਵੀ ਮਦਰਸ ਵਰਕਸ਼ਾਪ ਹੁੰਦੀਆਂ ਨੇ, ਸਾਲ 'ਚ 4 ਵਾਰ ਮਦਰ ਵਰਕਸ਼ਾਪ ਹੋਈ ਹੈ ਜਿਹਦੇ ਵਿੱਚ ਕਹਿ ਲਓ ਕਿ ਵੈਕਸੀਨੇਸ਼ਨ ਅਤੇ ਫਸਟ ਏਡ ਵਗੈਰਾ 'ਤੇ ਉਹਨਾਂ ਨੇ ਲੈਕਚਰ ਦਿੱਤੇ ਨੇ। ਟੀਚਰਸ ਨੇ ਬਹੁਤ ਵਧੀਆ ਸਾਰਾ ਸੰਭਾਲ ਰਹੇ ਨੇ ਕੰਮ ਨੂੰ ਉਹ। ਅਤੇ ਮੈਂ ਸਾਰੇ ਪੇਰੈਂਟਸ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਖਰਚੇ ਬਾਰੇ ਵੱਡੇ ਸਕੂਲਾਂ ਬਾਰੇ ਨਾ ਸੋਚ ਕੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਲਗਾਇਆ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਬਣਾਉਣਾ ਕੁਝ ਸਿੱਖਣ। CBSE ਦੇ ਵਿੱਚ ਜੋ ਬੱਚੇ ਟੀਚਰਸ ਨੇ ਕਰਾਤਾ ਸਿਰਫ ਉਹੀ ਜਾਣਦੇ ਨੇ, ਪਰ ਸਰਕਾਰੀ ਸਕੂਲ ਦੇ ਵਿੱਚ ਬੱਚੇ ਆਪ ਕੁਛ ਕਰਨਾ ਸਿੱਖਦੇ ਨੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਨਾ ਹੈ, ਆਪਣੀ ਸਟੱਡੀ ਨੂੰ ਕਿਵੇਂ ਮੈਨੇਜ ਕਰਨਾ ਹੈ।